जी ने जिहड़ा अपना तीन पहिया जगाड़ू मूहरे मोटरसाइकिल आ के रिक्शा होंदा खन्ना शहर तो एक गल ये करनी सी जरूरी जो असीं पिछले गुरद्वारा साहब तो असीं स्टे करके तुरे सीगे पहला कार बुक करन तों पहला उह सामने ना दो कुड़ियां बैठ हाँ जी वाहिगुरू जी का खालसा वाहिगुरू जी की फतेह। हेमकुंड साहब नूं जा रहे सी पिंड रस्ते दे विच इक जगह पैंदी आ इहदा नाम हैगा नगरासू। इत्थे बाबा बलदेव सिंह जी बेरकलां वालियां दा गुरद्वारा साहब आ। इत्थे पिछले 25 साल तो बाबा जी बिल्डिंगां दी सेवा ते लंगर दी सेवा करदे आ रहे ने। जिहड़ी संगत पंजाब तों जां कितों होर दूरों नेड़ेओं दिल्लीओं जां कितों भी चल के आउंदी आ जिहड़े ऋषिकेश नहीं रुकदे ऋषिकेश तों थोड़ा जिहा अग्गे जा के इदूं गाहां गोबिंद घाट आ जिहड़ा उह 120-130 दे करीब रहि जांदा ते जिहड़े उरे स्टे करदे ने उरे नैटवर्क वधिया सारा कुछ वधिया प्रशादा पाणी बिल्डिंगां एसी रूम भी ने दो हाल ने 33 टोटल रूम ने ते दो उरे जिहड़े खुले हाल ने ते वधिया बहुत वधिया रहिण दा प्रबंध आ ते जिहड़े जिन्नी भी संगत आउंदी आ जिहड़ी ऋषिकेश नहीं रुकदी उह उरे जरूर रुक के जाया करो। कारण की आ थोड़ा जिहा सफ़र भी लंबा हो जांदा अपना ते आपां नूं उरे स्टे करन लई जगह भी वधिया मिल जांदी आ। बाकी ਬੀਰਕਲ ਵਾਲੇ ਬਾਬਾ ਜੀ ਬਹੁਤ ਟਾਈਮ ਤੋਂ ਪਿੱਛੋਂ ਤੋਂ ਸੇਵਾ ਕਰਦੇ ਆ ਰਹੇ ਨੇ। ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੇਖਦੇ ਹੋ ਅਤੇ ਇੱਧਰਲੀ ਸਾਈਡ ਜਿਹੜੀਆਂ ਹੈਗੀਆਂ ਨੇ ਉਹ ਬਿਲਡਿੰਗਾਂ ਨੇ ਅਤੇ ਇੱਥੇ ਗੁਰਦੁਆਰਾ ਸਾਹਿਬ ਆ ਸਾਹਮਣੇ ਅਤੇ ਜ਼ਰੂਰ ਜਿਹੜੀ ਸੰਗਤ ਦੂਰੋਂ ਨੇੜੇ ਆਉਂਦੀ ਹੈ ਇੱਥੇ ਜ਼ਰੂਰ ਰੁਕ ਕੇ ਜਾਇਓ ਬਹੁਤ ਵਧੀਆ ਪ੍ਰਬੰਧ ਆ ਉਹਦਾ। ਹਾਂਜੀ ਹੁਣ ਅਸੀਂ ਪਹੁੰਚ ਗਏ ਗੋਬਿੰਦ ਘਾਟ ਅਤੇ ਹੁਣ ਇੱਥੇ ਕਾਰ ਪਾਰਕ ਕਰਤੀ 600 ਰੁਪਈਆ ਉਹਦੇ ਕਾਰ ਪਾਰਕਿੰਗ ਦਾ ਲੈਕ 500 ਵਾਲੀ ਵੀ ਹੈਗੀ ਜੀ ਸਸਤੀ ਪਰ ਉੱਥੇ ਕੈਮਰੇ ਕੁਮਰੇ ਨਹੀਂ ਸੀ ਲੱਗੇ ਹੋਏ ਅਤੇ ਕੈਮਰੇ ਦੀ ਫੈਸਿਲਿਟੀ ਹੈਗੀ ਵੀ ਤੁਹਾਡੀ ਕਾਰ ਜ਼ਿਆਦਾ ਸੇਫ ਆ ਅਤੇ ਇੱਕ ਗੱਲ ਇਹ ਕਰਨੀ ਸੀਗੀ ਜ਼ਰੂਰੀ ਜਦੋਂ ਅਸੀਂ ਪਿਛਲੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਟੇ ਕਰਕੇ ਤੁਰੇ ਸੀਗੇ ਉਸ ਤੋਂ ਅੱਗੇ ਪਤਾ ਲੱਗਿਆ ਉਸੇ ਬਾਬਾ ਜੀ ਨੇ ਸਾਨੂੰ ਦੱਸਿਆ ਸੀ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਉਹਦੇ 'ਚ ਉਹ ਕਹਿੰਦੇ ਵੀ ਰਾਤ ਨੂੰ 10 ਵਜੇ ਤੋਂ ਬਾਅਦ ਵਿੱਚ ਜਿਹੜੀ BSF ਆ ਉਹ ਰੋਕ ਦਿੰਦੀ ਆ ਤੁਹਾਨੂੰ ਸਫ਼ਰ ਨਹੀਂ ਕਰਨ ਦਿੰਦੀ ਤਾਂ ਕਰਕੇ ਅਸੀਂ ਰੁਕ ਗਏ ਸੀ ਪਿੱਛੇ ਅਤੇ ਫਿਰ ਅੱਜ ਸੁਬਾਹ ਅਸੀਂ ਸਫ਼ਰ ਕੀਤਾ ਰਾਤ ਸਾਡੀ ਥੋੜ੍ਹੀ ਜਿਹੀ ਗੱਡੀ ਖਰਾਬ ਹੋ ਗਈ ਸੀਗੀ ਨਹੀਂ ਅਸੀਂ 9:30 ਨੂੰ ਪਹੁੰਚ ਜਾਣਾ ਸੀਗਾ ਅਤੇ ਵੇ ਹੁਣ 11:45 ਹੋ ਗਏ ਹੁਣ ਪ੍ਰਸ਼ਾਦਾ ਪਾਣੀ ਛਕਾਂਗੇ ਅਤੇ ਪਾਉਂਦੇ ਹਾਂ ਗੋਬਿੰਦ ਧਾਮ ਵੱਲ ਨੂੰ ਚਾਲੇ ਸੰਗਤਾਂ ਨਾਲ ਗੱਲਬਾਤ ਕਰਦੇ ਪਹੁੰਚਦੇ ਉੱਪਰ। ਹੁਣ ਅਸੀਂ ਇੱਥੋਂ ਆਹ ਟਾਟਾ ਸੂਮੋ ਜੀ ਖੜ੍ਹੀ ਆ ਪਰਿਵਾਰ ਵਿਛੋੜਾ ਜੀ ਇਹਦੇ 'ਚ 50 ਰੁਪਏ ਸਵਾਰੀ ਆ 10 ਬੰਦੇ ਇੱਕ ਵਾਰ ਲੈ ਕੇ ਜਾਂਦੇ ਨੇ ਇਹ ਅਤੇ ਹੁਣ ਇੱਥੋਂ ਅਸੀਂ ਜਾਵਾਂਗੇ 4 ਕਿਲੋਮੀਟਰ ਤੱਕ ਅੱਗੇ ਉਸ ਤੋਂ ਅੱਗੇ ਫਿਰ ਜਿਹੜਾ 10 ਕਿਲੋਮੀਟਰ ਦਾ ਸਫ਼ਰ ਆ ਉਹ ਟਰੈਕਿੰਗ ਆ ਪੈਦਲ ਯਾਤਰਾ ਤੁਹਾਨੂੰ ਦਿਖਾਉਂਦੇ ਅੱਗੇ ਦਾ ਵਿਊ। ਹਾਂਜੀ ਦੋਸਤੋ ਇੱਕ ਚੀਜ਼ ਪਤਾ ਲੱਗੀ ਉਹਦੇ ਨਵੇਂ ਜਦੋਂ ਤੁਸੀਂ ਉਰੇ ਆਉਣਾ ਪਹਿਲਾਂ ਕਾਰ ਬੁੱਕ ਕਰਨ ਤੋਂ ਪਹਿਲਾਂ ਉਹ ਸਾਹਮਣੇ ਨਾ ਦੋ ਕੁੜੀਆਂ ਵਿੱਚ ਉਹਨਾਂ ਤੋਂ ਪੰਜੀਕਰਨ ਕਰਾਉਣਾ ਮਤਲਬ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਕੋਲ ਜਾਏਗਾ ਫਿਰ ਉਹ ਫੋਟੋ ਜੀ ਖਿੱਚਦੇ ਨੇ ਤੁਹਾਨੂੰ ਮਤਲਬ ਕਿ ਐਜ਼ ਆ ਪਰੂਫ ਵੀ ਜੇ ਕੋਈ ਗੱਲਬਾਤ ਹੁੰਦੀ ਆ ਤੁਹਾਡੀ ਸਿਕਿਉਰਿਟੀ ਦੇ ਲਈ ਉਹ ਵੀ ਜ਼ਰੂਰੀ ਆ ਉਹ ਪਹਿਲਾਂ ਉਹ ਕਰਾਉਣਾ ਫਿਰ ਤੁਸੀਂ ਆਪਣੀ ਜਿਹੜੀ ਆਹ ਯਾਤਰਾ ਸ਼ੁਰੂ ਕਰਨੀ ਆ ਪੰਜੀਕਰਨ ਕਹਿੰਦੇ ਨੇ ਉਹਨੂੰ। ਹਾਂਜੀ ਦੋਸਤੋ ਹੁਣ ਅਸੀਂ ਟਰੈਕਿੰਗ ਸ਼ੁਰੂ ਕਰਤੀ ਅਤੇ 50-50 ਰੁਪਏ ਉਹਨੇ ਸਭ ਤੋਂ ਲਏ ਨੇ। ਇੱਥੋਂ ਆਪਣਾ ਸਫ਼ਰ ਸ਼ੁਰੂ ਹੁੰਦਾ ਜਿਹੜਾ 10 ਕਿਲੋਮੀਟਰ ਦਾ ਗੋਬਿੰਦ ਧਾਮ ਤੱਕ ਦਾ ਅਤੇ ਹੁਣ ਚੱਲੇ ਹਾਂ ਦੇਖਦੇ ਹਾਂ ਕਿੰਨੀ ਕੁ ਗਰਮੀ ਆਉਂਦੀ ਆ ਸਾਨੂੰ ਸੰਗਤ ਆ ਵੀ ਰਹੀ ਆ ਦਰਸ਼ਨ ਕਰਕੇ ਅਤੇ ਜਾ ਵੀ ਰਹੀ ਆ ਧੀਰੇ ਚੱਲ ਰਾਹੀ ਮੰਜ਼ਿਲ ਆ ਹੀ ਜਾਏਗੀ। ਅਸੀਂ ਹਜੇ 1.25 ਕਿਲੋਮੀਟਰ ਤੁਰੇ ਹਾਂ ਹਜੇ ਹੁਣ ਸ਼ੁਰੂ ਜੇ ਹੋਇਆ ਹੁਣ ਤੱਕ ਔਖਾ ਸੀ ਹੁਣ ਨੋਰਮਲ ਜੇ ਹੋ ਗਿਆ ਕੰਮ ਸਰੀਰ ਗਰਮ ਹੋ ਗਿਆ ਕਿਲੋ 1.5 ਕਿਲੋਮੀਟਰ 'ਚ ਜਾ ਕੇ ਤਾਂ ਮਤਲਬ ਕਿ ਜਿਵੇਂ ਕਹਿ ਲਓ ਵੀ ਰਮਾਂ ਜਿਹਾ ਹੀ ਹੁੰਦਾ ਸਰੀਰ ਫਿਰ ਚੱਲੀ ਜਾਓ ਬੈਠੋ ਨਾ ਹੌਲੀ ਹੌਲੀ ਚੱਲੀ ਜਾਓ ਛੋਟੀ ਛੋਟੀ ਲੰਘਣਾ ਪਹੁੰਚ ਜਾਵਾਂਗੇ ਕਹਿੰਦਾ ਧੀਰੇ ਚੱਲ ਰਾਹੀ ਮੰਜ਼ਿਲ ਆ ਹੀ ਜਾਏਗੀ। ਸੈਲਡ ਜਿਹੜੇ ਜਿਮ ਵਾਲੇ ਜਾਂ ਮੁੰਡੇ ਫਿਟਨੈਸ ਫਰੀਕ ਨੇ ਜਾਂ ਜਿਹੜੇ ਕਹਿੰਦੇ ਨੇ ਅਸੀਂ ਗੁੱਡ ਡਾਈਟੇ ਲੈਣੀ ਆ ਉਹਨਾਂ ਦੇ ਲਈ ਰਸਤੇ ਦੇ ਵਿੱਚ ਫਰੂਟ ਫਰਾਟ ਦਾ ਵੀ ਬੰਦੋਬਸਤ ਹੈਗਾ ਮਹਾਰਾਜ ਖੜ੍ਹ ਸਕਦੇ ਹੋ ਛੱਕ ਸਕਦੇ ਹੋ ਰੇਟ ਮੈਂ ਪੁੱਛਿਆ ਨਹੀਂ ਕਿਉਂਕਿ ਮੇਰੀ ਇੱਛਾ ਨਹੀਂ ਸੀ ਇੱਛਾ ਅਨੁਸਾਰ ਬੰਦਾ ਖਾ ਸਕਦਾ ਕਿਉਂਕਿ ਆਪਾਂ ਥੱਲਿਓਂ ਪ੍ਰਸ਼ਾਦਾ ਛੱਕ ਕੇ ਤੁਰੇ ਸੀਗੇ ਐਨ ਭਰਪੂਰਾ ਕੰਮ ਹਜੇ ਉੱਥੇ ਹੀ ਪਿਆ ਪ੍ਰਸ਼ਾਦਾ ਮਹਾਰਾਜ ਹਿੱਲਿਆ ਨਹੀਂ ਅਤੇ ਹੋਰ ਕਾਫੀ ਕੁਛ ਖਾਣ ਪੀਣ ਨੂੰ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਸਾਰਾ ਕੁਛ ਹੈਗਾ ਲਗਭਗ
ਉਹ ਅੱਗੇ ਲਿਖਿਆ ਹੋਇਆ ਹੇਮਕੁੰਡ ਸਾਹਿਬ 13 ਕਿਲੋਮੀਟਰ। ਨਿੰਬੂ ਪਾਣੀ ਕਿੰਨੇ ਕਾ ਹੈ ਜੀ? ਓਨਲੀ 30 ਰੁਪਏ। ਔਰ ਇਹ ਫਰੂਟ ਵਗੈਰਾ? ਵੋ 60 ਰੁਪਏ ਪਲੇਟ। ਠੀਕ ਹੈ ਜੀ, ਲਓ ਮਹਾਰਾਜ, ਸਸਤਾ ਹੀ ਹੈ ਮਾਹੌਲ, ਛਕ ਸਕਦੇ ਹਾਂ, ਜਿਹਦੀ ਇੱਛਾ ਹੈ। ਇੱਧਰ ਤਾਂ ਗੁੰਜਾਇਸ਼ ਨਹੀਂ, ਚਲੋ ਮਿਲਦੇ ਹਾਂ। ਗਾਹਾਂ ਆ ਵਿਊ ਨੇ ਸਾਰੀ ਥਕਾਵਟ ਲਾ ਤੀ, ਹੁਣ ਅਸੀਂ ਇੱਥੇ ਬੈਠਾਂਗੇ, ਚਾਹ ਚੂ ਪੀਵਾਂਗੇ, ਅਤੇ ਬਹੁਤ ਸੋਹਣਾ, ਮਤਲਬ ਕਿ ਸਕੂਨ ਜਿਹਾ ਆ ਗਿਆ ਉਰੇ ਆ ਕੇ। ਗਰਮੀ ਆਈ ਹੋਈ ਆ ਪਿੱਠ ਨੂੰ ਥੋੜ੍ਹੀ ਜਿਹੀ ਟਰੈਕ ਕਰਕੇ, ਹੁਣ ਚਾਹ ਚੂ ਪੀ ਕੇ ਤੁਰਦੇ ਹਾਂ, ਐਨਰਜੀ ਬੂਸਟਰ ਲੈ ਕੇ ਆਪਣਾ। ਤੁਸੀਂ ਵੀ ਦੇਖੋ, ਉਰੇ ਜਿੰਨਾ ਤੋਂ ਤੁਰ ਕੇ ਟਰੈਕ ਨਹੀਂ ਕੀਤਾ ਜਾਂਦਾ, ਜਿਹੜੇ ਟਰੈਕਿੰਗ ਨਹੀਂ ਕਰ ਸਕਦੇ, ਥੱਕ ਜਾਂਦੇ ਨੇ, ਜਾਂ ਸਿਆਣੇ ਨੇ, ਜਾਂ ਜਿਹਨਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਆਉਂਦੀ ਆ, ਉਹ ਆ ਖੱਚਰਾਂ ਨੇ ਖੱਚਰ ਚੱਲਦੇ ਨੇ, ਜਾਂ ਜਿਹੜੇ ਬੱਚੇ ਨੇ ਬਜ਼ੁਰਗ ਨੇ, ਇੱਕੋ ਸਿਰ 'ਤੇ ਉੱਤੇ ਟੋਪੀ ਜਿਹੀ ਪਾ ਕੇ ਐਂ ਪਿੱਛੇ ਹੁੰਦੀ ਆ, ਇੱਥੇ ਕੋਈ ਮਿਲ ਜੂ ਤੁਹਾਨੂੰ ਮੈਂ ਦਿਖਾਊਂਗਾ, ਟੋਕਰੀ ਜਿਹਦੇ 'ਚ ਬਿਠਾ ਕੇ ਲੈ ਜਾਂਦੇ ਨੇ, ਉਹ ਵੀ ਇੱਕ ਵਧੀਆ ਸਾਧਨ ਆ ਜਿਹੜੇ ਜਾਣ ਦੀ, ਜਿਨ੍ਹਾਂ ਦਾ ਮਨ ਹੈ ਦਰਸ਼ਨ ਕਰਨ ਦਾ, ਬਟ ਨਹੀਂ ਮਤਲਬ ਕਿ ਇਹ ਚੀਜ਼ ਸੋਚਦੇ ਨੇ ਵੀ ਛੱਤ ਤੋਂ ਟਰੈਕ ਨਹੀਂ ਕਰਨਾ, ਤੁਰ ਨਹੀਂ ਹੋਣਾ, ਹੈ ਨਾ, ਜਾਂ ਫਿਰ ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਕੋਲ ਸਭ ਤੋਂ ਵਧੀਆ ਚੀਜ਼ ਆ ਵੀ ਬਾਏ ਏਅਰ ਆ ਸਕਦੇ ਨੇ, ਉਹਦੇ 'ਚ ਹੈਲੀਕਾਪਟਰ ਰਾਹੀਂ, ਅਤੇ ਹੈਲੀਕਾਪਟਰ 1 ਕਿਲੋਮੀਟਰ ਪਹਿਲਾਂ ਲਾ ਦਿੰਦਾ ਗੋਬਿੰਦ ਧਾਮ ਤੋਂ, ਅਤੇ ਉਹ ਵੀ ਸਹੀ ਆ, ਜਿਵੇਂ ਜਿਹਨੂੰ ਜੋ ਸੋਰਸਿਸ ਸਹੀ ਲੱਗਦੇ ਨੇ ਉਹਦੇ ਹਿਸਾਬ ਨਾਲ ਬੰਦਾ ਆਪਣੀ ਜਿਹੜੀ ਯਾਤਰਾ ਨੂੰ ਉਹ ਪੂਰਾ ਕਰ ਸਕਦਾ ਵਾ। ਮਨ ਦੇ ਵਿੱਚ ਇੱਕ ਚਾਅ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਦੀ ਜਗ੍ਹਾ ਦੇ ਉੱਤੇ ਦਰਸ਼ਨ ਕਰਕੇ ਆਉਣੇ ਨੇ, ਬਸ ਇੰਨੀ ਗੱਲ ਆ। ਆਹ ਨੇ ਉਹ ਟੋਕਰੀਆਂ ਜੀ 'ਚ ਬਿਠਾ ਕੇ ਲੈ ਕੇ ਜਾਂਦੇ ਨੇ। ਸਾਨੂੰ 2 ਘੰਟੇ 29 ਮਿੰਟ ਹੋ ਗਏ ਤੁਰਿਆਂ ਨੂੰ, 7.13 ਕਿਲੋਮੀਟਰ ਅਸੀਂ ਅੱਗੇ ਆ ਗਏ, ਅਤੇ ਲਗਭਗ 2 ਘੰਟੇ ਦਾ ਟਰੈਕ ਹੋਰ ਆ, ਚੱਲੀ ਜਾਂਦੇ ਹਾਂ, ਛੋਟੀ ਛੋਟੀ ਡਿੰਗ ਨਾ, ਵਧੀਆ ਸਫ਼ਰ ਆ, ਥੋੜ੍ਹਾ ਜਿਹਾ ਜਾਣ ਦੀ ਸਾਹ ਜਿਹਾ ਠੀਕ ਆ, ਆਪਾਂ ਨੂੰ ਐਂ ਹੁੰਦਾ ਵੀ ਆਕਸੀਜਨ ਕਰਕੇ ਘੱਟ ਆ ਰਿਹਾ, ਦਰਅਸਲ ਵੈਸੇ ਹੀ ਆਪਾਂ ਨੂੰ ਸਾਹ ਚੜ੍ਹ ਜਾਂਦਾ ਤੁਰਦਿਆਂ ਨੂੰ, ਇਹ ਜੇ ਆਪਾਂ ਨਹੀਂ ਰੁਕਦੇ, ਰੈਸਟ ਕਰਨੀ ਆ, ਖੜ੍ਹ ਕੇ ਤੁਰੀ ਜਾਓ, ਪਹੁੰਚੇ ਜਾਣਾ ਆਪਾਂ, ਸਹੀ ਆ ਨਾ। ਹੁਣ ਮਿਲਦੇ ਹਾਂ ਆਪਾਂ ਉੱਪਰ ਜਾ ਕੇ, ਹੈਂ ਮਹਾਰਾਜ, ਦੇਖੋ ਕਿਤੋਂ ਉੱਚਾ ਆ ਜਾਂਦਾ, ਜ਼ਿਗ ਜ਼ੈਗ ਆ, ਕਿਤੋਂ ਉੱਚਾ ਕਿਤੋਂ ਨੀਵਾਂ, ਕਿਤੋਂ ਪੋਚ ਪੋਚ ਬਾਬਰ ਰੱਖਣੇ ਪੈਂਦੇ ਨੇ, ਕਿਤੋਂ ਐ ਪੂਰਾ ਬੈਲੈਂਸ ਬਣਾ ਬਣਾ ਬਾਬਰ ਰੱਖਣਾ। ਹਾਂ ਬਸ ਇੰਨਾ ਕਿਆ ਮਾਹੌਲ। ਸਾਨੂੰ ਉਹ ਬਾਬਾ ਜੀ ਮਿਲੇ ਨੇ, ਕੋਈ ਟਰੈਕਿੰਗ ਸ਼ੂ ਨਹੀਂ ਹੈਗਾ ਬਾਬਾ ਜੀ ਦੇ ਪਾਇਆ ਹੋਇਆ, ਜਿੰਨਾ ਕੁ ਆਪਾਂ ਵਜਨ ਲੈ ਕੇ ਚੱਲਦੇ ਉਨਾ ਕੁ ਬਾਬਾ ਜੀ ਦੁਮਾਲਾ ਬੰਨੀ ਫਿਰਦੇ ਨੇ, ਕੋਈ ਝੋਲਾ ਨਹੀਂ, ਕੋਈ ਬੈਗ ਨਹੀਂ, ਹੱਥ 'ਚ ਲਫਾਫਾ ਲੈ ਕੇ ਬਾਬਾ ਜੀ ਹੇਮਕੁੰਡ ਸਾਹਿਬ ਯਾਤਰਾ ਕਰਨ ਆਏ ਨੇ, ਅਤੇ ਸਫ਼ਰ ਕਾਹਦੇ 'ਤੇ ਕਰਿਆ ਬਾਬਾ ਜੀ ਨੇ, ਜਿਹੜਾ ਆਪਣਾ 3 ਪਹੀਆ ਜਗਾੜੂ ਮੂਹਰੇ ਮੋਟਰਸਾਈਕਲ ਆ ਕੇ ਰਿਕਸ਼ਾ ਹੁੰਦਾ, ਖੰਨਾ ਸ਼ਹਿਰ ਤੋਂ ਆਏ ਨੇ ਬਾਬਾ ਜੀ ਪੱਟੀਆਂ ਪਿੰਡ ਤੋਂ, ਅਤੇ ਉਹਦੇ 'ਤੇ ਆਏ ਨੇ, ਉਦੋਂ ਗਾਹਾਂ ਕੋਈ ਖੱਚਰ ਨਹੀਂ ਕੁਛ ਨਹੀਂ, ਤੁਰ ਕੇ ਪੈਦਲ ਯਾਤਰਾ ਤੈਅ ਕਰ ਰਹੇ ਨੇ, ਇੱਕ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਲਈ, ਜਿਹੜੇ ਇਹ ਸੋਚਦੇ ਨੇ ਭੈਣ ਭਰਾ ਵੀ ਨਹੀਂ ਆ ਹੋਣਾ ਵੀ ਟਰੈਕ ਬਹੁਤ ਔਖਾ, ਉਹ ਬਾਬਾ ਜੀ ਨੂੰ ਦੇਖ ਕੇ ਜ਼ਰੂਰ ਮੋਟੀਵੇਟ ਹੋਣਗੇ। ਚੰਗਾ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੋ ਜਗ੍ਹਾ ਜਿੱਥੋਂ ਹੈਲੀਕਾਪਟਰ ਤੁਹਾਨੂੰ ਆ ਕੇ ਛੱਡ ਦਿੰਦਾ, ਅਤੇ ਇਸ ਤੋਂ ਅੱਗੇ 1 ਕਿਲੋਮੀਟਰ ਤੁਸੀਂ ਟਰੈਕ ਕਰਨਾ ਹੁੰਦਾ ਫਿਰ ਗੋਬਿੰਦ ਧਾਮ ਲਈ, ਫਿਰ ਇਸ ਤੋਂ ਅੱਗੇ ਹੈਗਾ 1 ਕਿਲੋਮੀਟਰ ਦਾ ਟਰੈਕ ਹੋਰ, ਮਤਲਬ ਕਿ ਇਹ ਕਹਿ ਲਓ ਵੀ ਜਿਹੜਾ ਆਪਣਾ ਜਿੰਨਾ ਸਾਨੂੰ ਹੁਣ ਲੱਗ ਗਏ ਉਰੇ ਆਉਣ ਨੂੰ, ਅਤੇ 3.5 ਘੰਟੇ ਲੱਗ ਗਏ ਸਾਨੂੰ ਜਦੋਂ ਅਸੀਂ ਟਰੈਕ ਸ਼ੁਰੂ ਕੀਤਾ, ਉਹ 3 ਘੰਟੇ ਦਾ ਸਫ਼ਰ ਆ ਜਿਹੜਾ ਤੁਹਾਡਾ ਉਹ 5 ਮਿੰਟ 'ਚ ਹੋ ਜਾਣਾ, ਬਸ ਇੰਨਾ ਕੁ ਫਰਕ ਆ, ਅਤੇ ਬਾਕੀ ਤੁਹਾਡੀ એનર્ਜੀ ਵੱਧ ਜਾਣੀ ਆ। ਕੋਸ਼ਿਸ਼ ਕਰਿਓ ਵੈਸੇ ਤਾਂ ਜੇ ਆਉਂਗੇ ਤਾਂ ਟਰੈਕਿੰਗ ਕਰਕੇ ਹੀ ਆਇਓ, ਬੈਸਟ ਆ, ਕਾਰਨ ਕੀ ਆ, ਜੋ ਨਜ਼ਾਰਾ ਤੁਸੀਂ ਕੁਦਰਤ ਦਾ ਟਰੈਕ ਕਰਕੇ ਲੈ ਲੈਣਾ, ਉਹ ਪੈਸੇ ਖਰਚ ਕੇ ਨਹੀਂ ਮਿਲਣਾ, ਹੈ ਨਾ, ਠੀਕ ਆ, ਫੈਸਿਲਿਟੀ ਹੈਗੀ ਆ, ਹਾਂ ਕੋਈ ਪ੍ਰੋਬਲਮ ਆ ਤਾਂ ਕੀ ਕਹਿਣਾ, ਬਟ ਜੇ ਤੁਸੀਂ ਫਿਜ਼ੀਕਲੀ ਫਿੱਟ ਹੋ ਨਾ ਤਾਂ ਟਰੈਕਿੰਗ ਇਜ਼ ਬੈਸਟ ਆਪਸ਼ਨ। ਵਿਊ ਬਹੁਤ ਸੋਹਣਾ। ਹਾਂਜੀ ਦੋਸਤੋ, ਅਸੀਂ ਉੱਪਰ ਗੰਗਰੀਆ ਤੱਕ ਪਹੁੰਚ ਗਏ,
ਇੱਥੋਂ ਤੱਕ ਕਿਲੋਮੀਟਰ ਹੈਗੇ ਨੇ ਆਪਣੇ 9 ਕਿਲੋਮੀਟਰ 9.96 ਕਿਲੋਮੀਟਰ ਨੇ ਇਹਦੇ ਅਤੇ 1529 ਮਹਾਰਾਜ ਸਾਡੀਆਂ ਕੈਲਰੀਆਂ ਬਰਨ ਹੋ ਗਈਆਂ। ਹਾਰਟ ਰੇਟ ਸਾਡੀ ਇਹੀ ਹੈ ਤਕਰੀਬਨ 150-170 ਲਾਸਟ। ਇਹ ਹੁਣ 10 ਕਿਲੋਮੀਟਰ ਉੱਥੋਂ ਟਰੈਕ ਆ, ਉੱਥੋਂ ਆ ਟਰੈਕਿੰਗ ਕੀਤੀ ਅਸੀਂ ਨੇ, ਜਿੱਥੋਂ ਆਪਾਂ ਨੂੰ ਗਾਹਾਂ 4 ਕਿਲੋਮੀਟਰ ਆ ਕੇ ਸੋਮੋ ਛੱਡ ਕੇ ਜਾਂਦੀ ਆ। ਉਦੋਂ ਅੱਗੇ ਦੀ ਟਰੈਕਿੰਗ ਹੈ 10 ਕਿਲੋਮੀਟਰ ਦੀ, ਕੋਈ 9 ਕਹੀ ਜਾਂਦਾ, ਕੋਈ ਕਿਵੇਂ ਕਹੀ ਜਾਂਦਾ। ਵੈਸੇ ਐਪਲ ਵਾਚ ਦੇ ਉੱਤੇ 10 ਆਇਆ, ਤੁਸੀਂ ਆਪਣੇ ਹਿਸਾਬ ਨਾਲ ਕੁਝ, ਕਿਉਂਕਿ ਐਂ ਚੱਲ ਡਿਜੀਟਲ ਚੀਜ਼ ਆ, ਮਾੜਾ ਮੋਟਾ ਵੱਧ ਘੱਟ ਵੀ ਹੋ ਸਕਦਾ, ਬਾਕੀ ਕੀ ਕਹਿ ਸਕਦੇ ਹਾਂ, ਮਤਲਬ ਕਿ ਟੋਟਲ 10 ਏ ਆ। ਕਈ ਬੰਦਿਆਂ ਤੋਂ ਪੁਰਾਣਿਆਂ ਤੋਂ ਵੀ, ਜਿਹੜੇ ਪੁਰਾਣੇ ਬਜ਼ੁਰਗ ਆਉਂਦੇ ਨੇ ਉਹ 10 ਏ ਕਹਿੰਦੇ ਨੇ, ਕੋਈ ਲੋਕਲ ਬੰਦੇ ਉਹਦੇ 9 ਕਿਲੋਮੀਟਰ ਕਹਿੰਦੇ ਨੇ। ਅਤੇ ਹੁਣ ਅਸੀਂ ਦੇਖਦੇ ਹਾਂ ਪ੍ਰਸ਼ਾਦਾ ਪਾਣੀ ਛਕਾਂਗੇ, ਜੇ ਗੁਰੂ ਘਰ ਦੇ ਵਿੱਚ ਰੂਮ ਮਿਲ ਗਿਆ ਤਾਂ ਉੱਥੇ, ਨਹੀਂ ਦੇਖਦੇ ਹਾਂ ਬਾਹਰ ਕੋਈ ਰੂਮ ਵਗੈਰਾ ਅਰੇਂਜ ਕਰਦੇ ਹਾਂ। ਇਹ ਉਹ ਦਰਖਤ ਆ ਜਿੱਥੇ ਬਾਬਾ ਮੋਦਨ ਸਿੰਘ ਜੀ ਉੱਪਰ ਸੇਵਾ ਕਰਨ ਤੋਂ ਬਾਅਦ ਆ ਕੇ ਇੱਥੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਇਸ ਖੋਲ ਦੇ ਵਿੱਚ ਰਾਤ ਬਤੀਤ ਕਰਿਆ ਕਰਦੇ ਸੀ ਅਤੇ ਉਸ ਪਰਮਾਤਮਾ ਦੀ ਇਲਾਹੀ ਬਾਣੀ ਦਾ ਜਾਪ ਕਰਿਆ ਕਰਦੇ ਸੀ। ਬਾਬਾ ਮੋਦਨ ਸਿੰਘ ਜੀ ਬਾਰੇ ਤੁਹਾਨੂੰ ਕੱਲ੍ਹ ਨੂੰ ਅਗਲੇ ਬਲੌਗ ਦੇ ਵਿੱਚ ਦੱਸਾਂਗੇ ਬਾਬਾ ਮੋਦਨ ਸਿੰਘ ਜੀ ਦਾ ਕੀ ਯੋਗਦਾਨ ਰਿਹਾ ਇਸ ਅਸਥਾਨ ਦੇ ਲਈ। ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਗੁਰੂ ਘਰ ਆ ਗਏ ਸੀਗੇ। ਪਹਿਲਾਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ, ਮੈਂ ਤਾਂ ਨਹੀਂ ਸ਼ੂਟ ਕੀਤਾ। ਹੁਣ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਦਰਸ਼ਨ ਕਰ ਲਏ ਸੀਗੇ, ਪ੍ਰਸ਼ਾਦਾ ਪਾਣੀ ਛਕ ਲਿਆ। ਇੱਥੇ ਰੂਮ ਮਿਲ ਰਿਹਾ ਸੀ ਸਾਨੂੰ, 3 ਜਣਿਆਂ ਨੂੰ ਮਹਿੰਗਾ ਮਿਲ ਰਿਹਾ ਸੀ, 1100-1200 ਰੁਪਏ ਦਾ, 1500 ਰੁਪਏ ਦਾ ਕਹਿ ਰਹੇ ਸੀ, 2000 ਦਾ ਉਸ ਹਿਸਾਬ ਨਾਲ ਸੀ। ਕੁਛ ਰੂਮ ਵੱਡੇ ਨੇ, ਕੁਛ ਛੋਟੇ ਨੇ, ਅਤੇ ਸਾਨੂੰ ਬਾਹਰੇ ਰੂਮ ਮਿਲ ਗਿਆ 500 ਰੁਪਏ ਦੇ ਵਿੱਚ। ਹੁਣ ਅਸੀਂ ਜਾਵਾਂਗੇ, ਰੈਸਟ ਕਰਾਂਗੇ ਅਤੇ ਸੁਬਹਾ 4 ਵਜੇ 10ਵੇਂ ਪਾਤਸ਼ਾਹ ਕਿਰਪਾ ਕਰਨ ਵੀ ਉੱਪਰ ਨੂੰ ਚਾਲੇ ਪਾਵਾਂਗੇ। ਅਤੇ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਅਤੇ ਉਹਦੇ 'ਚ ਆਪਾਂ ਦੱਸਾਂਗੇ ਪੂਰਾ ਹੇਮਕੁੰਡ ਸਾਹਿਬ ਦਾ ਇਤਿਹਾਸ, ਬਾਬਾ ਮੋਦਨ ਸਿੰਘ ਜੀ ਦਾ ਇਤਿਹਾਸ, ਇਹ ਸਥਾਨ ਕਿਵੇਂ ਲੱਭਿਆ ਗਿਆ ਅਤੇ ਇਸ ਸਥਾਨ ਦਾ ਪੂਰੇ ਸਿੱਖ ਕੌਮ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਸਥਾਨ 10ਵੇਂ ਪਾਤਸ਼ਾਹ ਦਾ ਤਪ ਸਥਾਨ ਆ। ਮਿਲਦੇ ਹਾਂ ਜੀ ਕੱਲ੍ਹ, ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।